ज्यादा करें क्योंकि बाकी हो रहा है ना ये क्लियर। चार दिन हो गए पत्थर थले रुकिया नहीं दर्शन करके फिर वापस आके चलांगे पास तुहानू। जिदा उधर आने फिर कहते तेन तमें लड्डू वाली लो जी हूँ आप पहुंच गए फिर बाबा लगना जा रहे हैं बाद ठा हो नी वापस जाने रास्ते शिवजी का मंदिर मिल गया तो हम आप इतने मत्था टेकेंगे। आ मुंडा कहना जल चढ़ा ओके चलो चलते हैं इस मंदिर के दर्शन कर हनुमान की मूर्ति है और हनुमान की
ਤੋ ਜੀ ਮਿੱਤਰੋ ਹੁਣ ਆਪਾਂ ਪਹੁੰਚਣ ਲੱਗੇ ਹਾਂ ਉੱਥੇ ਜੋ ਕਿ ਪੰਗਾ ਮੰਦਰ ਕੋਲ ਅਤੇ ਇੱਥੋਂ ਬਾਅਦ 5-10 ਮਿੰਟ ਦਾ ਰਸਤਾ ਲੈ ਗਿਆ ਅਤੇ ਚੱਲਦੇ ਹੁਣ ਮੰਦਰ ਅਤੇ ਕਰਾਉਂਦੇ ਤੁਹਾਨੂੰ ਦਰਸ਼ਨ ਇੱਥੋਂ ਰਹਿ ਗਿਆ ਸਿਰਫ 2 ਕਿਲੋਮੀਟਰ ਚੱਲਦੇ ਹੁਣ ਆਪਾਂ ਥੋੜ੍ਹੀ ਸਿਰਾਂ ਦਾ जी जोगी पंगा मंदिर इधर आज झरना चार दिन हो गए पत्थर थले रुकिया नहीं ਸ਼ਾਇਦ ਇਹਨੂੰ ਕੜੇ ਕਹਿੰਦੇ ਕਹਿੰਦੇ ਇੱਥੇ ਉਹ ਜੋ ਵੀ ਮੰਗਦੇ ਆ ਸੱਚੇ ਦਿਲ ਨਾਲ ਕਹਿੰਦੇ ਉਹ ਪੂਰਾ ਹੋ ਜਾਂਦਾ ਇਹ ਉਹ ਮੰਦਰ ਆ ਜੋਗੀ ਪੰਗਾ ਮੰਦਰ ਇੱਥੇ ਬੰਦਾ ਡਿੱਗਿਆ ਕਿੰਨਾ ਡੂੰਘਾ ਇਹ ਨੀ ਪਤਾ ਨਾ ਤੇ ਮਤਲਬ ਇਹਨਾਂ ਨੇ ਪੱਥਰ ਨੂੰ ਰੱਸੀ ਬੰਨ ਕੇ ਸੁੱਟਿਆ ਸੀਗਾ ਤੇ ਉਹ ਪੱਥਰ ਕਿੰਨੀ ਥੱਲੇ ਗਿਆ ਇਹ ਕਿਸੇ ਨੂੰ ਨੀ ਪਤਾ ਲੇ ਰਹੇ ਅੱਛਾ ਰੱਸੀ ਥੱਲੇ ਜਾਈ ਜਾਂਦੀ ਉਹ ਸਾਈਡ ਜਾ ਕੇ ਆਉਂਦੇ ਉਹ ਤੇ ਉੱਧਰ ਵੀ ਇੱਕ ਚਲਾ ਨਹੀਂ ਨਹੀਂ ਉਹ ਤੇ ਉੱਧਰੋਂ ਨੀ ਆਏ ਆਪਾਂ ਇੱਧਰੋਂ ਆਏ ਹਾਂ ਹੈਂ ਚਲੋ ਚੱਲਦੇ ਹੁਣ ਆਪਾਂ ਉੱਧਰਲੀ ਸਾਈਡ ਇਹ ਆ ਜੀ ਜੋਗੀ ਪੰਗਾ ਮੰਦਰ ਹੈ ਆਹ ਜਿਹੜਾ ਝਰਨਾ ਇੱਥੇ ਛੋਟਾ ਕਹਿੰਦੇ ਜਿਹੜਾ ਤਲਾਬ ਆ ਇਹਨੂੰ ਨਾਪਣ ਲਈ ਪਹਿਲਾਂ ਕਿਸੇ ਨੇ ਇੱਕ ਪੱਥਰ ਨੂੰ ਰੱਸੀ ਪਾ ਕੇ ਥੱਲੇ ਸੁੱਟਿਆ ਏ ਪਰ ਉਹ ਪੱਥਰ ਕਿੰਨੇ ਥੱਲੇ ਗਿਆ ਅਤੇ ਰੱਸੀ ਉਹਨਾਂ ਨੇ ਖਿੱਚੀ ਜਾਂਦੀ ਹੈ ਅਤੇ ਹਲੇ ਤੱਕ ਇਹਨੂੰ ਨਹੀਂ ਪਤਾ ਕਿੰਨਾ ਡੂੰਘਾ ਅਤੇ
ਕਿੰਨਾ ਡੂੰਘਾ ਇਹ ਇਹਨੂੰ ਨਹੀਂ ਪਤਾ ਲੱਗਦਾ। ਕਹਿੰਦੇ ਰਸਤੇ ਥੱਲੇ ਜਾਂਦੀ ਰਹੀ ਸੀ ਇਹ ਬਹੁਤ ਡੂੰਘਾ ਹੈ। ਚਲੋ ਆਪਾਂ ਹੁਣ ਇਹਦੇ ਦਰਸ਼ਨ ਕਰਕੇ ਚੱਲੇ ਹਾਂ ਆਪਾਂ ਵਾਪਸ। ਆਪਾਂ ਦਰਸ਼ਨ ਕਰਕੇ ਜਾ ਰਹੇ ਹਾਂ ਵਾਪਸ ਜਲੰਧਰ ਨੂੰ। ਯਾਰ ਦੇ ਦਿਲਾਂ ਸੇ ਹੈਲਮਟ ਕੱਢ ਲੈਣਾ ਸੀ ਯਾਰ, ਅੱਗੇ ਰੋਕੇ ਹੈਲਮਟ ਕੱਢਦਾ ਟੱਪ ਚੁੱਕਿਆ ਹੁਣ ਆਹ ਕਿਹੜਾ ਸਵੀਟ ਵਾਲਾ ਇਹ ਖਤਰਨਾਕ ਡਰਾਈਵਰ ਆ ਝੂਮ ਝੂਮ ਕਰੀ ਜਾਂਦਾ। ਮਿੱਤਰੋ ਹੁਣ ਆਪਾਂ ਟੱਪ ਚੁੱਕੇ ਉਹਨਾਂ ਵੀ ਤੇ ਬਸ ਹੋਰ ਆਪਾਂ ਨੂੰ 10-15 ਮਿੰਟ ਲੱਗਣੇ ਹੁਸ਼ਿਆਰਪੁਰ ਪਹੁੰਚਣ ਨੂੰ। ਉਹ ਜੀ ਮਿੱਤਰੋ ਹੁਣ ਆ ਗਏ ਆਪਾਂ ਉਹਨੇ ਤੋਂ ਕਾਫੀ ਗਾਂ ਤੇ ਬਸ ਪਹੁੰਚਣ ਹੁਣ ਆਪਾਂ ਇੱਥੋਂ 10-15 ਮਿੰਟ ਲੱਗਣੇ ਹੁਸ਼ਿਆਰਪੁਰ ਪਹੁੰਚਣ ਨੂੰ ਤੇ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਪਾਂ ਹੁਣ ਅਗਲੇ ਵਲੋਗ ਚ। ਥੈਂਕ ਯੂ ਵਲੋਗ ਨੂੰ ਇੱਥੇ ਤੱਕ ਦੇਖਣ ਲਈ ਤੇ ਵਲੋਗ ਨੂੰ ਪਿਆਰ ਦੇਣ ਲਈ। ਮਿੱਤਰੋ ਹੁਣ ਆਪਾਂ ਟੱਪ ਚੁੱਕੇ ਹਿਮਾਚਲ ਦੀ ਆਦਤ ਤੇ ਹੁਣ ਆਪਾਂ ਨੂੰ ਬਸ 10 ਮਿੰਟ ਲੱਗਣੇ ਹੁਸ਼ਿਆਰਪੁਰ ਪਹੁੰਚਣ ਨੂੰ ਤੇ ਅੱਜ ਦਾ ਵਲੋਗ ਆਪਾਂ ਇੱਥੇ ਸਮਾਪਤ ਕਰਦੇ ਹਾਂ। ਹੁਣ ਮੁੜ ਕੇ ਸਾਡੇ ਫੋਨ ਵੀ ਲੋ ਆ ਇਹ ਮੇਨ ਗੱਲ ਆ ਤੇ ਹੁਣ ਤੁਹਾਨੂੰ ਮਿਲਦੇ ਹਾਂ ਅਗਲੇ ਵਲੋਗ ਚ, ਮਿਲਦੇ ਹਾਂ ਅਗਲੀ ਵੀਡੀਓ ਚ ਤੇ ਧੰਨਵਾਦ ਵਲੋਗ ਨੂੰ ਇੱਥੇ ਤੱਕ ਦੇਖਣ ਲਈ। ਮਿਲਦੇ ਹਾਂ ਤੁਹਾਨੂੰ ਅਗਲੇ ਵਲੋਗ ਚ। ਸਤਿ ਸ੍ਰੀ ਅਕਾਲ ਜੀ।